ਇੱਕ ਭਿਆਨਕ ਸੜਕ ਹਾਦਸੇ ਦੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ। ਤਿੰਨੋਂ ਹੀ ਆਪਣੇ ਘਰ ਦੇ ਇਕਲੌਤੇ ਚਿਰਾਗ ਦੱਸੇ ਜਾ ਰਹੇ ਨੇ। ਤਾਂ ਦੱਸ ਦਈਏ ਕਿ ਆਪਣੇ ਇਹ ਇੱਕ ਦੋਸਤ ਨੂੰ ਮਿਲਣ ਦੇ ਲਈ ਗਏ ਹੋਏ ਸੀ। ਹਾਲਾਂਕਿ ਉਸ ਦੋਸਤ ਨੂੰ ਵੀ ਆਪਣੇ ਨਾਲ ਇਹ ਲਿਆਉਣਾ ਚਾਹੁੰਦੇ ਸੀ, ਪਰ ਉਸਨੇ ਕਿਹਾ ਕਿ ਉਹ ਕੰਮ 'ਤੇ ਹੈ, ਜਿਸ ਕਰਕੇ ਉਹ ਇਹਨਾਂ ਦੇ ਨਾਲ ਨਹੀਂ ਜਾ ਸਕਦਾ। ਤਾਂ ਜਿਸ ਤੋਂ ਬਾਅਦ ਇਹ ਜਦੋਂ ਵਾਪਸ ਆ ਰਹੇ ਹੁੰਦੇ ਨੇ ਨੌਜਵਾਨ, ਤਾਂ ਰਸਤੇ ਦੇ ਵਿੱਚ ਇਹਨਾਂ ਦੀ ਕਾਰ ਸੜਕ ਦੇ ਉੱਤੇ ਹੀ ਕਈ ਪਲਟੀਆਂ ਖਾ ਜਾਂਦੀ ਹੈ। ਪਲਟੀਆਂ ਖਾਣ ਤੋਂ ਬਾਅਦ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ, ਜਦਕਿ ਇਸ ਕਾਰ ਦੇ ਵਿੱਚ 5 ਦੇ ਕਰੀਬ ਨੌਜਵਾਨ ਸਵਾਰ ਸਨ, ਜਿਸ ਦੇ ਵਿੱਚੋਂ 2 ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ। ਤਾਂ ਮਲੇਰਕੋਟਲਾ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਕਿ 3 ਘਰਾਂ ਦੇ ਇਕਲੌਤੇ ਚਿਰਾਗ ਦੀ ਮੌਤ ਹੋ ਗਈ ਹੈ, 3 ਨੌਜਵਾਨਾਂ ਦੀ ਜਾਨ ਚਲੀ ਗਈ ਹੈ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਇਹ ਇੱਕ ਆਪਣੇ ਦੋਸਤ ਨੂੰ ਮਿਲਣ ਦੇ ਲਈ ਗਏ ਹੋਏ ਸੀ। ਹਾਲਾਂਕਿ ਉਹ ਦੋਸਤ ਪੈਟਰੋਲ ਪੰਪ 'ਤੇ ਕੰਮ ਕਰਦਾ ਹੈ, ਪਰ ਜਿਵੇਂ ਹੀ ਇਹ ਉਸਨੂੰ ਵੀ ਆਪਣੇ ਨਾਲ ਲਿਆਉਣਾ ਚਾਹੁੰਦੇ ਸੀ, ਤਾਂ ਉਸਨੇ ਕਿਹਾ ਕਿ ਉਹ ਹਾਲੇ ਕੰਮ ਦੇ ਉੱਤੇ ਹੈ, ਜਿਸ ਕਰਕੇ ਉਹ ਇਹਨਾਂ ਦੇ ਨਾਲ ਨਹੀਂ ਜਾ ਸਕਦਾ। ਜਿਸ ਤੋਂ ਬਾਅਦ ਇਹ ਜਦੋਂ ਖੰਨਾ ਰੋਡ ਦੇ ਵੱਲ 10 ਕੁ ਕਿਲੋਮੀਟਰ ਦੂਰ ਆਏ ਹੀ ਸੀ ਕਿ ਰਸਤੇ ਦੇ ਵਿੱਚ ਇਹਨਾਂ ਦੀ ਕਾਰ ਬੇਕਾਬੂ ਹੋ ਜਾਂਦੀ ਹੈ। ਬੇਕਾਬੂ ਹੋਣ ਤੋਂ ਬਾਅਦ ਸੜਕ ਦੇ ਉੱਤੇ ਕਈ ਪਲਟੀਆਂ ਖਾਂਦੀ ਹੋਈ ਕਿਹਾ ਜਾ ਰਿਹਾ ਕਿ ਕਾਰ ਦੇ ਏਅਰਬੈਗ ਵੀ ਖੁੱਲ੍ਹਦੇ ਨੇ, ਪਰ 3 ਨੌਜਵਾਨਾਂ ਦੀ ਜਾਨ ਚਲੀ ਜਾਂਦੀ ਹੈ। ਹਾਲਾਂਕਿ 80 ਦੀ ਸਪੀਡ ਦੇ ਉੱਤੇ ਜੋ ਗੱਡੀ ਦੀ ਸਪੀਡ ਵਾਲੀ ਸੂਈ ਹੈ ਉਹ ਦੇਖੀ ਜਾ ਸਕਦੀ ਹੈ, ਜਿੱਥੇ ਰੁਕੀ ਹੋਈ ਹੈ। ਹਾਲਾਂਕਿ ਇਸ ਹਾਦਸੇ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਹਾਦਸਾ ਵਾਪਰਿਆ ਕਿਵੇਂ ਹੈ, ਕਿਉਂਕਿ ਇੱਕ ਪਾਸੇ ਤਾਂ ਲੱਗਦਾ ਹੈ ਕਿ ਤੇਜ਼ ਰਫ਼ਤਾਰ ਕਰਕੇ ਇਹ ਹਾਦਸਾ ਵਾਪਰਿਆ ਹੋ ਸਕਦਾ, ਪਰ ਇਹ ਜਾਂਚ ਦਾ ਵਿਸ਼ਾ ਹੈ। ਪਰ ਦੂਜੇ ਪਾਸੇ ਆਖਰ ਇਹ ਹਾਦਸਾ ਵਾਪਰਿਆ ਕਿਵੇਂ ਹੈ, ਹੁਣ ਵੱਡਾ ਸਵਾਲ ਇਹੀ ਖੜਾ ਹੁੰਦਾ ਹੈ। ਤਾਂ ਦੱਸ ਦਈਏ ਕਿ ਮਲੇਰਕੋਟਲਾ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ 3 ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ਹੈ। ਤਿੰਨੋਂ ਹੀ ਆਪਣੇ ਘਰ ਦੇ ਇਕਲੌਤੇ ਚਿਰਾਗ ਦੱਸੇ ਜਾ ਰਹੇ ਸਨ। ਮੈਂ ਪਿੰਡ ਰਾੜਮਾ ਦਾ ਸਰਪੰਚ ਹਾਂ ਜੀ। ਸਾਡੇ ਪਿੰਡ ਰਾਤ 11:13 'ਤੇ ਹਾਦਸਾ ਹੋਇਆ, ਚੰਡੀਗੜ੍ਹ ਸਾਈਡ ਤੋਂ ਆ ਰਹੇ ਸੀ। ਇਹ ਨਹੀਂ ਪਤਾ ਵੀ ਉਸ ਟਾਈਮ ਕਿਵੇਂ ਹੋਇਆ, ਅਸੀਂ ਤਾਂ ਸਿਰਫ ਗੱਡੀ ਉੱਪਰ ਜਾਂ 4 ਟਾਇਰੇ ਦੇ ਉੱਪਰ ਸੀ, ਤਾਂ ਉਸ ਟਾਈਮ ਅਸੀਂ ਦੇਖੀ 2 ਬੰਦੇ ਜੋ ਇਸਦੇ ਨੀਚੇ ਗਿਰ ਗਏ ਸੀ, ਉਹ ਤਾਂ ਮਰ ਚੁੱਕੇ ਸੀ ਉਸ ਟਾਈਮ। ਜਿਹੜੇ 3 ਸੀ ਘਾਇਲ ਸੀ, ਉਹਨਾਂ ਨੂੰ ਅਸੀਂ ਚੱਕੇ ਇੱਥੇ ਪਿੰਡ ਦੀ ਮਦਦ ਦੇ ਨਾਲ ਹਸਪਤਾਲ ਪਹੁੰਚ ਕੇ ਦੇਖਿਆ, ਸਰਕਾਰੀ ਹਸਪਤਾਲ ਦੇ ਵਿੱਚ। ਦੂਰੋਂ ਗੱਡੀ ਪਲਟੇ ਖਾਂਦੀ ਹੈ? ਹਾਂਜੀ, ਕੋਈ ਗੱਡੀ ਕਾਫੀ ਦੂਰ ਤੋਂ ਜਿਹੜੀ ਪਲਟੇ ਖਾਂਦੀ ਆ ਰਹੀ ਸੀ, ਉੱਥੇ ਨਿਸ਼ਾਨ ਵੀ ਨੇ। ਮੁੰਡੇ ਜਿਹੜੇ ਜੀ ਪਿੱਛੋਂ ਨਿਕਲੇ ਨੇ, ਵਿੱਚੋਂ ਨਿਕਲ ਕੇ ਅੱਗੇ ਗਏ ਨੇ, ਉਹ ਘੱਟੋ ਘੱਟ 15-20 ਫੁੱਟ ਦੇ ਅਸੀਂ ਚੱਕੇ ਨੇ। ਜਿਹੜੇ 3 ਵਿੱਚ ਸੀ ਉਹਨਾਂ ਨੂੰ ਅਸੀਂ ਬਾਹਰ ਕੱਢ ਕੇ ਅਤੇ ਉਹਨਾਂ ਹਸਪਤਾਲ ਪਹੁੰਚਦੇ ਕੀਤਾ। ਉਹਨਾਂ ਦੇ ਵਿੱਚੋਂ ਸਵੇਰ ਤੱਕ ਜਾਣੀ ਕਿ 2 ਦੀ ਡੈਥ ਹੋ ਚੁੱਕੀ ਸੀ ਅਤੇ 1 ਅਜੇ ਜਾਣੀ PG ਹਸਪਤਾਲ ਦੇ ਵਿੱਚ। ਬਹੁਤ ਜ਼ਿਆਦਾ ਭਿਆਨਕ ਹਾਦਸਾ ਜੀ, ਬਹੁਤ ਜ਼ਿਆਦਾ ਹੀ ਭਿਆਨਕ ਹਾਦਸਾ। ਜਾਣੀ ਕਿ ਸਾਡੇ ਪਿੰਡ ਦੇ ਪੂਰੇ ਪਿੰਡ ਦੇ ਸਹਿਯੋਗ ਦੇ ਨਾਲ ਅਸੀਂ ਗੱਡੀ ਸਿੱਧੀ ਕੀਤੀ ਅਤੇ ਬੰਦਿਆਂ ਨੂੰ ਜਿਹੜੇ ਹੈਗੇ ਵਿਚਾਰੇ ਉਹਨਾਂ ਨੂੰ ਅਸੀਂ ਆਪਣੇ ਹੋਸਪਿਟਲ ਪਹੁੰਚਦੇ ਸੀ। ਬਹੁਤ ਜ਼ਿਆਦਾ ਆਵਾਜ਼ ਆਈ ਸੀ ਇਸ ਟਾਈਮ, ਉਹ ਆਵਾਜ਼ ਦੇ ਨਾਲ ਹੀ ਅਸੀਂ ਰਾਤ ਨੂੰ ਉੱਠੇ ਨੇ। 11 ਵਜੇ ਕਿਹੜਾ ਉੱਠਦਾ ਜੀ, ਸਾਰੇ ਪਿੰਡ ਦੇ ਘਰਾਂ ਦੇ ਮੁਹੱਲੇ ਦੇ ਲੋਕ ਸਾਡੀ ਸਾਰੇ ਇਕੱਠੇ ਹੋ ਗਏ ਸੀ, ਜਾਣੀ ਸਾਰਿਆਂ ਨੇ ਬਹੁਤ ਮਦਦ ਕੀਤੀ। ਪੁਲਿਸ ਵੀ ਆਈ ਸੀ? ਪੁਲਿਸ ਉਸ ਤੋਂ ਬਾਅਦ ਆਈ ਹੈ, ਜਦੋਂ ਅਸੀਂ ਲੈ ਗਏ ਸੀ ਸੂਚਨਾ ਕੀਤੀ ਸੀ, ਪੁਲਿਸ ਵੀ ਆ ਗਈ ਸੀ। ਜੋ 112 ਨੰਬਰ 'ਤੇ ਆਉਂਦੇ ਨੇ ਉਹ ਵੀ ਆ ਗਏ, ਜੋ ਜਿਹੜੇ ਦੋ ਡੈੱਡ ਬੋਡੀਆਂ ਸੀ ਉਹ ਪੁਲਿਸ ਵਾਲੇ ਲੈ ਕੇ ਗਏ ਨੇ ਚੱਕ, ਬਾਕੀ ਜੋ ਸਹਿਗਦੇ ਸੀ ਅਸੀਂ ਉਹਨਾਂ ਨੂੰ ਲੈ ਕੇ ਗਏ। ਬਹੁਤ ਮਾੜੀ ਘਟਨਾ ਹੋਈ ਹੈ ਜੀ ਇਹ, ਦੇਖੋ ਕੱਲੇ ਧਮਾਕਾ ਬਹੁਤ ਵੱਡਾ ਹੋਇਆ। ਅਸੀਂ ਖੈਰ ਹੈਗੇ ਤਾਂ ਰਹਿਣ ਵਾਲੇ ਸ਼ਹਿਰ ਦੇ ਹਾਂ, ਪਰ ਇੱਥੇ ਸਾਡੀ ਦੁਕਾਨ ਹੈ ਅਤੇ ਦੁਕਾਨ ਦੇ ਮੂਹਰੇ ਨਜ਼ਦੀਕ ਹੀ ਹੋਇਆ। ਰਾਤ ਨੂੰ ਇਹ ਕਿਤੇ ਗਿਆ, ਚਿੱਧਰੋਂ ਆ ਰਿਹਾ ਸੀਗੇ ਅਤੇ ਸ਼ਹਿਰ ਵੱਲ ਨੂੰ ਦੋਸਤ ਇਕੱਠੇ ਹੋਏ ਸੀਗੇ ਅਤੇ ਇਹਨਾਂ ਦੇ 4-5 ਜਣੇ ਕਹਿੰਦੇ ਨੇ, ਕਹਿੰਦੇ ਵੀ ਬਹੁਤ ਖਤਰਨਾਕ ਕੰਮ ਹੋਇਆ। ਇਸਦੇ ਮੱਦੇਨਜ਼ਰ ਇਹ ਇੱਧਰ ਕਿਤੇ ਕਹਿੰਦੇ ਮੋਹਾਲੀ ਤੋਂ ਆ ਰਹੇ ਸੀਗੇ ਅਤੇ ਉੱਥੋਂ ਆਉਂਦੇ ਹੋਏ ਰਸਤੇ ਦੇ ਵਿੱਚ ਤੇਲ ਪਵਾਇਆ ਇਹਨਾਂ ਨੇ ਪੰਪ 'ਤੇ, ਕਿਤੇ ਉਹ ਦੋਸਤ ਨੂੰ ਵੀ ਵਿੱਚ ਬਿਠਾ ਰਹੇ ਸੀ, ਪਰ ਉਹ ਬੈਠਿਆ ਨਹੀਂ ਹੈਗਾ। ਇਹ ਨਾਲ ਬਸ ਆਪਦੇ ਆ ਰਹੇ ਸੀ, ਇੱਥੇ ਆ ਕੇ ਇਹਨਾਂ ਦਾ ਟਾਇਰ ਟੂਰ ਪਾਟ ਗਿਆ, ਕਹਿੰਦੇ ਵੀ ਅੱਗੇ ਆ ਕੇ ਡਿੱਗੇ। ਮਾੜੀ ਗੱਲ ਹੈ, ਬਹੁਤ ਮਾੜੀ ਗੱਲ ਹੈ, ਦੇਖੋ ਜੀ ਬਹੁਤ ਜ਼ਿਆਦਾ।
ਇਹ ਪਿੰਡ ਵਾਲਿਆਂ ਨੇ ਵਿਚਾਰਿਆਂ ਨੇ ਵਧੀਆ ਹਿੰਮਤ ਮਾਰੀ ਆ, ਰਾਤ ਨੂੰ ਉੱਠ ਕੇ ਨਹੀਂ ਕਿਹੜਾ ਆਉਂਦਾ, ਇਹਨੂੰ ਹੌਸਪੀਟਲ ਪਹੁੰਚਾਇਆ ਇਹਨਾਂ ਨੂੰ, ਬਹੁਤ ਵਧੀਆ ਗੱਲ ਆ ਪਿੰਡ ਦੀ। ਘਟਨਾ ਵੀਰੇ ਮੇਰਾ ਦੋਸਤ ਸੀਗਾ ਸਿਮਰਨ, ਉਹਦਾ ਮੈਨੂੰ ਫੋਨ ਆਇਆ ਮਤਲਬ ਤਕਰੀਬਨ 11:15 ਮੈਨੂੰ ਫੋਨ ਆਇਆ, ਕਹਿੰਦਾ ਕਿੱਥੇ ਆਵਾਂ ਪੰਪ 'ਤੇ, ਕਹਿੰਦਾ ਚੱਲ ਆ ਗਏ 2 ਮਿੰਟ 'ਚ ਬਾਹਰ ਆ ਜਾ। ਮੈਂ ਚੱਲ ਖੜ੍ਹਾ ਰਿਹਾ ਉੱਥੇ, 5-10 ਮਿੰਟਾਂ ਬਾਅਦ ਆਏ ਮੇਰੇ ਕੋਲ ਖੜ੍ਹੇ ਰਹੇ ਉੱਥੇ ਮਤਲਬ 15-20 ਮਿੰਟ। ਉਹ ਦੂਸਰਾ ਮੁੰਡਾ ਜਿਹੜਾ ਡਰਾਈਵ ਕਰ ਰਿਹਾ ਸੀ, ਫਰੈਸ਼ ਫਰੁੱਸ਼ ਹੋਏ ਉੱਤੇ ਮੂੰਹ ਮੈਂ ਧੋਤਾ, ਉਦੋਂ ਬਾਅਦ ਕਹਿੰਦੇ ਪਹਿਲਾਂ ਕਹਿੰਦੇ ਵੀ ਤੇਲ ਪਾਉਣਾ, ਮੈਂ ਚਲੋ ਖੜ੍ਹ ਜਾਂਦੇ ਹਾਂ, ਕਹਿੰਦੇ ਫਿਰ ਬਾਅਦ 'ਚੋਂ ਪਾ ਲੈਣਾ ਤੇਲ। ਮੈਨੂੰ ਹਾਂ ਮੈਨੂੰ ਕਹਿ ਰਿਹਾ ਜਿਹੜਾ ਮੁੰਡਾ ਚਲਾ ਰਿਹਾ ਸੀ, ਮੈਨੂੰ ਕਹਿ ਰਿਹਾ ਸੀ ਕਹਿੰਦਾ ਤੂੰ ਬੈਠ ਗਾੜੀ ਮੈਂ, ਤੂੰ ਨਾ ਗਿਆ ਮੈਂ ਤੇਰੇ ਕੋਲ ਜ਼ਿੰਦਗੀ ਮੈਂ ਬੁਲਾਉਣਾ ਨਹੀਂ ਕਭੀ। ਉਹ ਦੂਜੇ ਮੁੰਡੇ ਕਹਿੰਦੇ ਨਹੀਂ ਬਈ ਇਹਦੀ ਡਿਊਟੀ ਆ, ਕਹਿੰਦੇ ਡਿਊਟੀ ਤੋਂ ਨਹੀਂ ਲਿਜਾ ਸਕਦੇ ਵੀ ਐਵੇਂ ਇਹਨੇ ਸਵੇਰੇ ਪੰਪ ਖੋਲ੍ਹਣਾ ਹੁੰਦਾ ਸੱਜਰੇ ਨਾਲ ਉੱਠ ਕੇ। ਕਹਿੰਦੇ ਵੀ ਨਹੀਂ ਇਹਨੇ ਨਹੀਂ ਜਾਣਾ, ਕਹਿੰਦੇ ਕਿੱਥੇ ਸੁਬਹਾ ਛੱਡਣ ਆਵਾਂਗੇ ਇਹਨੂੰ, ਕਹਿੰਦਾ ਕੋਈ ਦਿੱਕਤ ਨਹੀਂ ਮੇਰੇ ਕੋਲ 150 ਕਿਲੋਮੀਟਰ ਸੇ ਕੋਈ ਫਰਕ ਨਹੀਂ ਪੜਤਾ ਵੀ ਮੈਂ ਛੋੜ ਜਾਊਂਗਾ ਇਸ ਕੋ। ਉਹ ਕਹਿੰਦੇ ਨਹੀਂ ਵੀ ਲੈ ਕੇ ਨਹੀਂ ਜਾਣਾ, ਕਹਿੰਦੇ ਇਹਦੀ ਡਿਊਟੀ ਆ ਵੀ ਔਨ ਡਿਊਟੀ, ਇਹਨੂੰ ਕਿਤੇ ਨਹੀਂ ਜਾਣ ਦਿੰਦੇ ਉਰੋਂ ਪੰਪ ਤੋਂ ਬਿਨਾਂ ਵੀ ਨਾ ਇਹ ਜਾਵੇ, ਕਹਿੰਦਾ ਨਹੀਂ ਜਾਣਾ ਨਹੀਂ, ਕਹਿੰਦਾ ਚਲੋ ਆਪਾਂ ਨੂੰ। ਇੱਕ ਮੁੰਡੇ ਦਾ ਨਾਂ ਤਾਲੀਸ਼ਾਨ ਆ, ਇੱਕ ਦਾ ਨਾਂ ਮਹਿਰ ਆ, ਇੱਕ ਦਾ ਨਾਂ ਸਿਮਰਨ ਆ। ਕਿੰਨੇ ਡੈਥ ਹੋ ਗਈ? 3 ਜਣੇ ਡੈਥ ਹੋ ਗਈ ਅਤੇ 2, ਇੱਕ ਮੁੰਡਾ ਥੋੜ੍ਹਾ ਜ਼ਿਆਦਾ ਸੀਰੀਅਸ, ਇੱਕ ਮਤਲਬ ਠੀਕ ਆ, ਉਹਦੇ ਪਸਲੀਆਂ ਪੁਸਲੀਆਂ 'ਤੇ ਸੱਟ ਜੀ ਲੱਗੀ ਜ਼ਿਆਦਾ ਬਹੁਤ। ਇਸ ਤੋਂ ਵੱਧ ਕੀ ਮਾੜਾ ਹੋਊਗਾ ਜੀ, ਬਾਹਾਂ ਸਾਰੀ ਜ਼ਿੰਦਗੀ ਇੱਕ ਤਰ੍ਹਾਂ ਦਾ ਬਸ ਕਾਲੇ ਪੈ ਗਿਆ ਜ਼ਿੰਦਗੀ ਆੜੀ 'ਚ। ਤੁਸੀਂ ਐਂ ਦੇਖ ਲਓ ਜੀ, ਜਾਨ ਦੇਣ ਵਾਲੇ ਸੀਗੇ, ਇੱਕ ਤਾਂ ਇੱਕ ਹੁੰਦੇ ਨਾ ਗੱਲਾਂ ਵਾਲੇ, ਉਹ ਨਹੀਂ ਸੀ, ਜਾਨ ਦੇਣ ਵਾਲੇ ਸੀਗੇ। ਗਿਆ ਵਾਪਸ ਮੈਂ ਉਰੇ ਆਉਣ ਸਾਰੇ ਡਿੱਗ ਗਿਆ ਦੇਖ ਕੇ ਉਹਨਾਂ ਨੂੰ, ਮੈਂ ਸਾਰੀ ਰਾਤ ਦਾ ਬਸ ਤੂੰ ਐਂ ਦੇ ਲੈ ਵੀਰੇ ਮੇਰੇ ਹੱਥ ਬਸ ਕੁਛ ਨਹੀਂ ਸੀ, ਬਸ ਮੈਂ ਹੁਣ ਵੀ ਇੱਕ ਤਰ੍ਹਾਂ ਦਾ ਖੜ੍ਹਾ ਮੇਰੇ ਅੰਦਰ, ਮੈਨੂੰ ਪਤਾ ਕੀ ਚੱਲ ਰਿਹਾ। 2 ਮਤਲਬ ਸਿਮਰਨ ਸੀ ਜਿਹੜਾ ਉਹ ਵੀ ਇਕੱਲਾ ਹੀ ਭਰਾ ਸੀਗਾ, ਅਤੇ ਮਤਲਬ ਦੇਖ ਲਓ ਵਿਆਹ ਦੀ ਇਸ ਦੀ ਨਾ ਇਕੱਲਾ ਹੀ, ਮਾਂ ਬਾਪ ਨੂੰ ਕਿੰਨਾ ਸਹਾਰਾ ਸੀ ਉਹਦਾ, ਸਾਰਾ ਘਰ ਤਬਾਹ ਹੋ ਗਿਆ। ਅਲੀ ਸ਼ਾਂਤੀ ਮੁੰਡਾ ਜਿਹੜਾ ਉਹ ਵੀ ਇਕੱਲਾ ਹੀ ਸੀਗਾ, ਉਹ ਵੀ ਘਰੋਂ ਇਕੱਲੇ ਸੀ, ਅਤੇ ਜਿਹੜਾ ਸਿੰਮੂ ਆ ਮੁੰਡਾ ਉਹ ਜ਼ਿਆਦਾ ਸੀਰੀਅਸ ਆ, ਉਹ ਵੀ ਇਕੱਲਾ ਹੀ ਭਰਾ ਵਾ।